हाँ ये 80 का होगा। तो ये एक ट्रैक्टर बढ़िया रखो ਆਕੇ ਹਟੇਗੇ ਹੁਣ ਚਲਾਉਣ ਲੱਗੇ ਹਾਂ ਵੀ ਚਲਾਉਣਗੇ ਪਹਿਲਾਂ ਵੀ ਦਿਖਾ ਰਹੇ ਨੇ ਪਰ ਗੇੜਾ ਕਰਕੇ ਆਹ ਮੇਰੇ ਦਾ ਦਿਨ 50 ਕਿਲੇ ਲਾ ਦਿੰਦੇ ਨੇ ਮੈਂ ਇਹ 4-6 ਲੱਗ ਜਾਂਦੀ ਹੈ ਚਲ ਪਲਾਂਟਰ ਹੈਗਾ ਉਹਦਾ ਜਦੋਂ ਬੱਟਾ ਪੈ ਕਮੀਆਂ ਆਲੂ ਨੂੰ ਲੁਕੋ ਦਿੰਦੀਆਂ ਆ ਅਤੇ ਜਿਹੜਾ ਪਿਛਲੇ ਉਹ ਫਰੇ ਆ ਪਲਾਂਟਰ ਉਹ ਬੱਟ ਨੂੰ ਪ੍ਰੈਸ ਕਰ ਦਿੰਦੇ ਆ ਬਹੁਤ ਸਪੀਡ 'ਚ ਚੱਲਦੀ ਆ ਦੂਜੇ ਦਾ ਮਸ਼ੀਨ ਹੁੰਦੀ ਸੀ ਹੌਲੀ ਹੌਲੀ ਪੀੜੀ ਦੀ ਚੱਲ ਪਹਿਲੇ ਦੂਜੇ ਹਾਈ 'ਚ ਜਾਂਦੀ ਆ ਇਹ ਦੂਜੇ ਹਾਈ 'ਚ ਹਾਂ ਕਿੰਨੇ 15 ਖੇਤ ਕਹਿੰਦੇ ਇੱਕ ਦਿਨ ਦੇ 15 ਖੇਤ ਇੱਕ ਦਿਨ ਚਾਲੂ ਹੋਣੇ ਲੱਗ ਜਾਂਦੇ ਆ ਦੂਜੀ ਨੇ 4 ਖੇਤ ਧੱਕੇ ਨਾਲ ਲੱਗਦੇ ਆ ਜਿਹੜੀ ਆਪਣੇ ਬੰਦੇ ਮਗਰ ਬਣਾਉਂਦੇ ਆ ਜਿਹੜਾ ਆਲੂ ਛਾਂਟਿਆ ਸਹੀ ਢੰਗ ਨਾਲ ਹੋਵੇ ਨਾ ਹਾਂ ਖੇਤ ਤਿਆਰ ਹੋਣ ਮੈਂ ਦੇਖਿਆ ਸੀ ਨਾ ਮੈਂ ਤਿੰਨ ਕਿਲੋ ਵਾਲੇ ਜਿਹੜੇ ਜਗ੍ਹਾ ਵਾਲਾ ਕਹਿ ਰਹੇ ਨੀ ਆਪਣੇ ਉੱਥੇ ਲਵਾ ਕੇ ਦੇਖੇ ਮੈਂ ਉਹਨੂੰ ਜਦੋਂ ਮੈਂ ਕਿਹਾ ਸੀਗਾ ਜਦੋਂ ਬੋਲਿੰਗ ਮੈਂ ਲਿਆਈ ਤਾਂ ਦੇਖੀ ਨਾਲੇ ਪਰ ਜਿਹੜਾ ਤਾਂ ਗੋਲੀ ਸਾਈਜ਼ ਸੀਗਾ ਮੇਰੇ ਕੋਲ ਛਾਂਟਿਆ ਹੋਇਆ LR ਉਹਦਾ ਬਹੁਤ ਵਧੀਆ ਲੱਗਿਆ ਕੱਟਿਆ ਹੋਇਆ ਥੋੜ੍ਹਾ ਵਿੱਚ ਖਰਾਬ ਕਰਨ ਲੱਗ ਗਿਆ ਸੀਗਾ ਕੱਟੇ ਹੋਏ ਨੂੰ ਪ੍ਰੋਬਲਮ ਪਾਉਣੀ ਆ ਚੁੱਕਰ ਜਾਣਾ ਬੰਦਾ ਖੜੇ ਬਾਕੀ ਇੱਕ ਚੀਜ਼ ਹੋਰ ਆ ਮੈਂ ਨਾ ਪਿੱਛੇ ਖੜ ਗਿਆ ਸੀ ਨਾਲ ਪਰ ਜਿਹਨੂੰ ਪਤਾ ਆ ਉਹਦੀ ਵਾਈਬਰੇਟਰ ਆ ਜਿਹੜਾ ਉਹਦਾ ਉਹਨੂੰ ਘੱਟ ਵੱਧ ਕਰ ਲਵੇ ਚੱਲਦੇ ਚੱਲਦੇ ਦੇ ਹੁਣ ਜਿਹੜਾ ਪਿੱਛੇ ਬੰਦਾ ਖੜਾ ਜਿਹਨੂੰ ਨਹੀਂ ਪਤਾ ਹੈਗਾ ਉਹ ਫਿਰ ਕੋਈ ਫਾਇਦਾ ਨਹੀਂ ਉਦੋਂ ਮੈਂ ਚੱਲਦੇ ਚੱਲਦੇ ਤਾਂ ਸੈੱਟ ਕਰਤਾ ਨਾਲੇ ਐਨ ਫਿਰ ਕੱਟੇ ਹੋਏ ਵੀ ਸਹੀ ਜਾਣ ਲੱਗ ਗਏ ਸੈਟਿੰਗ ਕਰਨ ਵਾਲਾ ਹੋਵੇ ਮੈਂ ਨਾਲ ਮਗਰ ਬੰਦਾ ਕਿਹੜਾ ਜੀ 80 ਜ਼ਿਆਦਾਤਰ 4x4 ਅਤੇ ਅੱਧਕ ਹੌਸ ਪਾਵਰ ਵਾਲੇ ਆ ਅੰਮ੍ਰਿਤਸਰ ਹੌਸ ਪਾਵਰ ਨਹੀਂ ਨਹੀਂ ਇਹ ਹੌਸ ਪਾਵਰ 11-12 ਲੱਖ ਦੇ ਨੇੜੇ ਆ ਜਾਂਦੇ ਆ ਜਿਹੜੇ ਯਾਨੀ 75 ਹੌਸ ਪਾਵਰ ਦੇ ਜਿੱਥੇ ਆਪਾਂ ਸੈਕਿੰਡ ਹੈਂਡ ਲੈਣਾ ਹੁੰਦਾ 4 ਲੱਖ ਦਾ ਮੇਰਾ 7500 ਵਾਲਾ ਇਹ ਕਿੰਨੇ ਦਾ ਪਾਵਰ ਦਾ ਹੋਊਗਾ ਜੀ ਉਹ ਸਾਡਾ 75 ਪਾਵਰ ਦਾ ਜੀ ਆਹ 75 ਹੌਸ ਪਾਵਰ ਦਾ ਆ ਉਹ ਦੋ ਮਾਡਲ ਆ ਨਾ ਉਹਦੇ ਉਹ 80 ਜਿਹੜਾ ਪਹਿਲਾਂ ਮੂਹਰੇ ਗਿਆ ਉਹ 80 ਵਾਲਾ ਆ ਉਹ ਵਾਲਾ ਹਾਂ ਉਹ 80 ਪਾਵਰ ਦਾ 80-85 ਮਿੰਟ ਦੇ ਹੋਊਗਾ 90 ਨਾ ਹੋਵੇ ਸ਼ਾਇਦ 90 ਵੀ ਹੋ ਸਕਦਾ ਕੋਈ ਪਤਾ ਨਹੀਂ ਸਾਡੇ ਦੇ ਮੂਹਰੇ ਦਾ ਡਰ ਤਾਂ ਆਪਣੇ ਪਿਛਲੇ ਡਰਾਂ ਵਾਲੇ ਦਾ ਹਾਂਜੀ ਜੀ ਮੈਨੂੰ ਬੰਦੇ ਨੇ ਵੀਡੀਓ ਘੱਲਤੀ ਕਹਿੰਦਾ ਤੇਰੇ ਵਾਲੇ ਟਰੈਕਟਰ ਨੇ ਖਿੱਚਣਾ ਨੀਗਾ ਫਿਰ ਮੈਂ ਉਹਨੂੰ ਦੁਬਾਰਾ ਫਿਰ ਵੀਡੀਓ ਘੱਲੀ ਮੈਂ ਕਿਹਾ ਇਹਦੇ ਵਿੱਚ ਦੋ ਚੀਜ਼ਾਂ ਸੈੱਟ ਕਰਨ ਵਾਲੀਆਂ ਹੁੰਦੀਆਂ ਆ ਇੱਕ ਜਦੋਂ ਮੂਹਰਿਓਂ ਟਰੈਕਟਰ ਖਿੱਚਣ ਲੱਗ ਜਾਂਦਾ ਇੱਕ ਸਾਈਡ 'ਤੇ ਨੂੰ ਉਹ ਵੀ ਸੈਟਿੰਗ ਕਰਨੀ ਪੈਂਦੀ ਹੈ ਕਿ ਟਰੈਕਟਰ ਸਿੱਧਾ ਜਾਵੇ ਘੁੰਮੇ ਨਾ ਬੰਦਾ ਬੈਠੇ ਜਾਂ ਨਾ ਬੈਠੇ ਆਪਣੀ ਜ਼ਮੀਨ ਦਾ ਮੈਨੂੰ ਲੋੜ ਹੈ ਚੱਕ ਜ਼ਮੀਨ ਜਿਵੇਂ ਹੁਣ ਝਾਹੇ ਵਾਲੀ ਜ਼ਮੀਨ ਆਪਣੇ ਰਾਹੋਂ ਵਾਲੀ ਇਹ ਤਾਂ ਹੈ ਜ਼ਮੀਨ ਪੋਲੀ ਕਰਨ ਵਾਸਤੇ ਜ਼ਮੀਨ ਪੋਲੀ ਕਰਨ ਵਾਸਤੇ ਆਪਣੀ ਤਾਂ ਪਹਿਲਾਂ ਹੀ ਨਹੀਂ ਪੋਲੀ ਆਪਣੇ ਹੁਣ ਸਾਡੇ ਹੁਣ ਦੋ ਫੁੱਟ ਆ ਮਿੱਟੀ ਉਹ ਚ ਇਹ ਚੱਲ ਸਕਦਾ ਆਰਾਮ ਨਾਲ ਕੀ ਹੋਰ ਵੀ ਆ ਇਹਨੂੰ ਵੱਧ ਘੱਟ ਵੀ ਕਰ ਸਕਦੇ ਨਾ ਜ਼ਰੂਰੀ ਨਹੀਂ ਹੈ ਕਿ ਹਾਂ ਵੀ 14 ਇੰਚ ਹੀ ਜਾਣਾ ਆ ਮੈਕਸੀਮਮ ਇਹ 18 ਇੰਚ ਹੀ ਆਉਂਦਾ ਹੈ ਅਤੇ ਤੁਸੀਂ ਇਹਨੂੰ ਘੱਟ ਵੱਧ ਕਰ ਸਕਦੇ ਹੋ ਟਾਇਰ ਜਿਹੜਾ ਲੱਗਿਆ ਹੋਇਆ ਆ ਹੈਲੋ ਮੈਂ ਇੱਧਰ ਹੈਗਾ ਸਰਾਭਾ ਪਿੰਡ ਦੱਸੋ ਕਰੋ ਫੋਨ ਗੁਜ਼ਰੀ ਹੁਣ 47 ਦਾ ਹਾਂਜੀ ਇਹਦਾ 24 ਪਾਵਰ ਵਾਲਾ ਹੋ ਗਿਆ ਹਾਂ 50 ਪਾਵਰ ਦਾ ਪਰ 4x4 ਬਣਾਉਣ ਲੱਗ ਗਏ ਹੁਣ ਇਹ ਆਲੂ ਵਾਲਿਆਂ ਨੂੰ 4x4 ਦੁਬਾਰਾ ਆ ਜਾਂਦਾ ਹਾਂ ਵਧੀਆ ਆਇਆ 4x4 ਠੀਕ ਰਹਿੰਦੇ ਆ ਹੁਣ ਹੁਣ ਜ਼ਿਆਦਾਤਰ ਛੋਟੇ ਟਰੈਕਟਰ ਵੀ 4x4 ਹੀ ਜਾਂਦੇ ਆ ਬੱਚਾ ਨਹੀਂ ਗਡਾਈ ਪਰ ਫਾਇਦਾ ਹੈ ਨਹੀਂ ਜਿਹੜੇ 4x4 ਕੀ ਫਾਇਦਾ ਆਪਣੇ ਕੀ ਲੋੜ ਆਪਣੇ ਦਾ ਨਹੀਂ ਲੋੜ ਹੈਗੀ ਉਹ ਆਲੂ ਵਾਲੇ ਕਾਮਯਾਬ ਆ ਆਲੂ ਵੱਟਾਂ ਦੇ ਵਿੱਚ ਤੁਸੀਂ ਆਟੋਮੈਟਿਕ ਸਪਰੇਅ ਪੰਪ ਆਉਂਦਾ ਆ
ਬਾਹਾਂ ਹੀ ਖਿਲਾਰ ਲੈਂਦੇ ਨਿਊਜ਼ ਲੈਣੀਆਂ ਸਾਈਡਾਂ 'ਤੇ, ਹਾਂ 15-20 ਵੱਟਾਂ ਲੈ ਜਾਣੀਆਂ, ਉਹਦਾ ਵੀ ਫਾਇਦਾ ਨਹੀਂ ਹੈ ਪਰ ਉਹ ਟਾਇਰ ਹੋਣ ਨਾ, ਨਹੀਂ ਨਹੀਂ ਉਹ ਦੇਖੋ ਨਾ ਜਿੱਥੇ ਉਹਨੇ ਘੁੰਮਣਾ ਉੱਥੇ ਆਲੂ ਖਰਾਬ ਕਰਨਾ ਉਹਨੇ, ਉਹਦੇ ਲਈ ਕੀ ਹੁੰਦਾ ਜਿਹੜਾ ਆਪਾਂ ਸਾਈਡਾਂ 'ਤੇ ਬਾਅਦ 'ਚ ਆਲੂ ਲਾਉਂਦੇ ਹਾਂ ਨਾ ਉਹ ਨਹੀਂ ਲਾਉਣਾ ਹੁੰਦਾ, ਹਾਂ ਫਿਰ ਆਪਾਂ ਏਰੀਆ ਘੱਟ ਜਾਂਦਾ ਉਹ ਛੱਡਣਾ ਪੈਂਦਾ, ਉਹਦਾ ਫਾਇਦਾ ਉਹ ਲੰਬੇ ਜਿਵੇਂ ਤੁਹਾਡੇ ਵੈਸੇ ਪਲਾਟ ਹੈਗੇ ਲੰਬੇ ਆ ਤਾਂ ਥੋੜ੍ਹਾ ਉੱਚਾ ਨੀਵਾਂ ਆਉਣ ਲੱਗ, ਜਿਹੜੇ ਵਿੱਚ ਮੈਂ 1 ਫੁੱਟ ਉੱਚਾ ਆ 2 ਫੁੱਟ ਉੱਚਾ ਉੱਥੇ ਕੰਮ ਖਰਾਬ ਹੋ ਜਾਂਦਾ, ਜਿਵੇਂ ਲੰਬਾ ਏਰੀਆ ਤੁਹਾਡਾ ਤੁਹਾਡੇ ਕਾਮਯਾਬ ਤਾਂ ਬਹੁਤ ਹੋਵੇ। ਮੱਕੀ ਵਾਲੀ ਮਸ਼ੀਨ ਕਿੱਦਾਂ ਫਿਰ ਅੱਗੇ ਲਿਆ ਰਹੇ ਹੋ? ਦੇਖੀ ਦੇਖਦੇ ਹਾਂ, 1 ਲੱਖ ਰੁਪਏ ਦੀ ਸਾਈਜ਼ ਦਿੱਤੀ ਹੋਈ ਆ, ਸਾਲ ਹੋ ਗਿਆ ਮੈਂ ਮੁੜ ਕੇ, ਮੇਰੇ ਕੋਲ ਹੱਥ ਟਾਈਟ ਹੋ ਗਿਆ, ਮੈਂ ਗਿਆ ਹੀ ਨਹੀਂ ਆਇਆ, ਮੇਰਾ ਛੱਡ ਯਾਰ ਪੈਸੇ ਆ ਗਏ ਹੁਣ ਐਤਕੀ ਉੱਦਾਂ ਡੈਡ ਹੋ ਜਾਣਾ, ਦੂਜੇ ਕਰਕੇ ਉਹ ਸ਼ੈੱਡ ਬਣਾਉਣ ਲੱਗਿਆ ਜਿਹੜੀ ਉਹ ਬੰਦ ਕਰਾਤਾ ਕੰਮ ਹੁਣ ਆਲੂ ਬਸ ਅੱਛਾ ਕੰਧਾਂ ਤਾਂ ਹੋ ਗਈਆਂ, ਲੈਂਟਰ ਹੀ ਰਹਿ ਗਿਆ ਹੁਣ ਮਹੀਨਾ ਤੋਂ 1.5 ਮਹੀਨਾ ਰੁਕ ਚੁੱਕਾ ਲੈਂਟਰ ਕਰਾਂਗੇ। ਹਾਈਟ ਕਿੰਨੀ ਕਰਨ ਲੱਗਿਆ ਜੀ? 15 ਫੁੱਟ। ਤਿੰਨਾਂ ਵਾਲਾ ਹੈਗਾ 2,60,000 ਦਾ ਕਹਿੰਦੇ ਜੀ, 3,60,000 ਦਾ, ਦੂਜਾ ਹੈਗਾ 2,60,000 ਦਾ ਤਿੰਨਾਂ ਵਾਲਾ, ਪਰ ਬਾਅਦ 'ਚੋਂ ਵੀ ਲੱਗ ਜਾਂਦਾ ਹੈ 2 ਵਾਲੇ ਦੇ ਨਾਲ ਸੈਂਪਲ ਹੋ ਜਾਂਦਾ ਹੈ। ਲੈਮਕਨ ਵਾਲੇ ਦਾ ਡੈਮੋ ਲਵਾਂਗੇ ਉੱਥੇ, ਹਾਂ 6 ਫੁਲਾਇਓ ਫਲੋ ਲੈਮਕਨ ਦਾ ਹੀ ਕੰਮ ਜ਼ਿਆਦਾ, ਉਹ ਜਿਹੜਾ ਮੂਹਰੇ ਜਾਂਦਾ, ਹਾਂ ਜਿਹੜਾ ਮੂਹਰੇ ਜਾ ਰਿਹਾ ਨਾ ਤਿੰਨਾਂ ਵਾਲਾ, ਇਹ ਲੈਮਕਨ ਦਾ ਏਰੀਆ ਛੋਟਾ ਬਹੁਤ ਹੈ। ਨਹੀਂ 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 ਇਹ ਲੱਗਦਾ ਹੀ ਹੈ ਛੋਟਾ, ਇਹ ਕਾਫੀ ਏਰੀਆ ਖਿੱਚ ਜਾਂਦਾ ਇਹ, ਇੱਕ ਗੱਲ ਤਾਂ ਹੈ ਇਹ ਚੀਜ਼ਾਂ ਮਹਿੰਗੀਆਂ ਜ਼ਰੂਰ ਨੇ, ਹਾਂ ਪਰ ਜਾਂਦੀਆਂ ਕਿਤੇ ਨਹੀਂ। ਇਹ ਚੀਜ਼ ਦੇਖੋ ਤੁਸੀਂ, ਇਹ ਚੀਜ਼ ਲੈ ਲਈ ਨਾ ਤੁਹਾਨੂੰ ਤਵੀਆਂ ਦੀ ਲੋੜ ਨਾ ਤੁਹਾਨੂੰ ਫਾਲਿਆਂ ਦੀ ਲੋੜ, ਹਾਲਾਂ ਦੀ ਉਹ ਦੋ ਹੀ ਚੀਜ਼ਾਂ ਦੇ ਪੈਸੇ ਘੱਟ ਗਏ ਅਤੇ ਡੂੰਘਾ ਵੀ ਜਾਂਦਾ ਹੈ, ਨਾ ਤੁਹਾਨੂੰ ਉਹ ਜਿਹੜਾ ਜਿਵੇਂ ਇਹ ਹਲ ਜਿਹਾ ਫਰਾਉਂਦੇ ਆ ਹੁਣ ਇਹ ਡਾਕਰ ਜਮੀਨਾਂ ਜਾਂ ਕੰਪਨੀ ਵਾਲੇ ਉਹਦੀ ਤਹਿ ਤੋੜੋ ਉਹਦੀ ਵੀ ਲੋੜ ਪੈਂਦੀ, ਬਹੁਤ ਚੀਜ਼ਾਂ ਦੇ ਫਾਇਦੇ ਹੁੰਦੇ ਇਹਦੇ ਨਾਲ। ਫਿਰ ਜਿਵੇਂ ਹੁਣ ਪਰਾਲੀ ਨੂੰ ਅੱਗ ਨਹੀਂ ਲਾਉਣੀ, ਐਤਕੀ ਹੋ ਜਾਣਾ ਆ ਅਗਲੇ ਝੋਨੇ ਜਾ ਜਿਹੜਾ ਆਉਣਾ ਆ, ਚੋਣ ਜਾਬ ਤਾਂ ਲੱਗਿਆ ਹੁਣ ਤਾਂ ਵੈਸੇ ਨਹੀਂ ਲਾ ਸਕਦੇ, ਹਾਂ ਅਤੇ ਇਸ ਕਰਕੇ ਫਿਰ ਅਗਾਂਹ ਅੱਗ ਵੀ ਨਹੀਂ ਲੱਗਣੀ ਹੈਗੀ, ਫਿਰ ਇਹ ਚੀਜ਼ਾਂ ਦੀ ਲੋੜ ਪੈਣੀ।